ਸਤਿ ਸ਼੍ਰੀ ਅਕਾਲ ਦੋਸਤੋ, ਆਓ ਦੋਸਤੋ ਅੱਜ ਇੱਕ ਵੀਡੀਓ ਦੀ ਨਵੀਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਆਪਾਂ ਪੰਛੀ ਬੂਟੇ ਮਹਿਕ ਰਹੇ ਸੀ, ਖੁਸ਼ੀਆਂ ਦੇ ਨਾਲ ਚਹਿਕ ਰਹੇ ਸੀ, ਭਵਰੇ ਚਾਅ ਨਾਲ ਆ ਰਹੇ ਸੀ, ਗੀਤ ਚਾਹਤ ਦੇ ਗਾ ਰਹੇ ਸੀ। ਧਰਤੀ ਮਾਂ ਦੀ ਕੁੱਖ ਹਰੀ ਸੀ, ਜਵਾਨੀ ਸਾਡੇ ਤੇ ਖੂਬ ਚੜੀ ਸੀ, ਇਕੱਠੇ ਆਪਾਂ ਰਹਿੰਦੇ ਸੀ, ਕਿਸੇ ਨੂੰ ਕੁਝ ਨਾ ਕਹਿੰਦੇ ਸੀ। ਅਚਾਨਕ ਕਾਲੀ ਬੋਲੀ ਰਾਤ ਆ ਗਈ, ਖੁਸ਼ੀਆਂ ਸਾਡੀਆਂ ਸਾਰੀਆਂ ਖਾ ਗਈ, ਕੁਦਰਤ ਹੱਸਣਾ ਭੁੱਲ ਗਈ, ਯਾਰੋ ਆਪਣੇ ਪੈਰ ਕੁਹਾੜੀ ਨਾ ਮਾਰੋ, ਨਾ ਪੁੱਟੋ ਸਾਡੀ ਜੜ ਵੇ ਯਾਰੋ, ਆਪਣੀ ਜ਼ਿੰਦਗੀ ਆਪ ਨਾ ਹਾਰੋ। ਵਿਕਾਸ ਪਹਿਲਾਂ ਹੀ ਸਾਨੂੰ ਖਾ ਰਿਹਾ ਏ, ਸਮਾਜ ਤਰੱਕੀ ਕਰ ਵੀ ਹਨੇਰੇ ਜਾ ਰਿਹਾ ਏ, ਸਮਾਜ ਤਰੱਕੀ ਕਰ ਵੀ ਹਨੇਰੇ ਜਾ ਰਿਹਾ ਏ। ਸੋ ਆਓ ਅੱਜ ਦੇ ਹਾਲਾਤ ਅਤੇ ਵਿਕਾਸ ਵੇਖੀਏ ਆਪਣਾ। ਅਤੇ ਉਹ ਵੀਡੀਓ ਨਹੀਂ ਆ, ਮੈਂ ਤੁਹਾਨੂੰ ਸਿਰਫ ਇੱਕ ਮੈਸੇਜ ਹੈ ਮੇਰਾ, ਅਤੇ ਕਿਉਂਕਿ ਮੈਂ ਰਸਤੇ ਵਿੱਚ ਆਇਆ ਅਤੇ ਬੜਾ ਮੈਨੂੰ ਵੇਖ ਕੇ ਦੁੱਖ ਹੋਇਆ ਵੀ ਕਿੱਥੇ ਆਕਸੀਜਨ ਦਾ ਇੰਨਾ ਜ਼ਿਆਦਾ ਰੋਲ ਪਿਆ ਵਾ ਦੇਸ਼ ਵਿੱਚ। ਸਿਲੰਡਰ 5-5 10-10 ਹਜ਼ਾਰ ਦਾ ਸਿਲੰਡਰ ਮਿਲ ਰਿਹਾ ਵਾ, ਅਤੇ ਕਿੱਥੇ ਜਿਹੜੇ ਫ੍ਰੀ ਦੇ ਸਾਡੇ ਸਿਲੰਡਰ ਆ ਉਹਨਾਂ ਨੂੰ ਅਸੀਂ ਆਪ ਹੀ ਅੱਗ ਲਾ ਦਿੱਤੀ ਆ। ਹੁਣ ਵੇਖੋ ਵੀਡੀਓ, ਜੇ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ, ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜ਼ਰੂਰ। ਇਹ ਸੀਨ ਤੁਸੀਂ ਵੇਖਿਆ, ਦ੍ਰਿਸ਼ ਵੇਖਿਆ ਵਾ, ਇਹ ਰੁੱਖਾਂ ਦੀ ਤਬਾਹੀ ਨਹੀਂ ਆ, ਇਹ ਰੁੱਖਾਂ ਦੀ ਤਬਾਹੀ ਨਹੀਂ ਆ, ਇਹ ਤਬਾਹੀ ਆ ਸਾਡੀ ਆਪਣੀ। ਜਿਹੜੇ ਆਕਸੀਜਨ ਦੇ ਜਿਹੜੇ ਸਿਲੰਡਰ ਆ ਸਾਡੇ ਕੁਦਰਤੀ, ਉਹ ਸਾਰੇ ਵੇਖੋ ਅੱਗਾਂ ਅੱਗੜੇ ਨੇ ਵਿੰਨ ਸੜੇ ਆ। ਪਿੱਛੇ ਮੈਂ ਰੁੱਖ ਥੋੜ੍ਹੀ ਜਿਹੀ ਹੋਰ ਵੇਖ ਕੇ ਆਇਆ ਵਾਂ, ਮੈਂ ਤੁਹਾਨੂੰ ਖਾਏ ਵੀ ਆ, ਉਹਨਾਂ ਦੇ ਪੱਤੇ ਵੀ ਸੜ ਗਏ ਆ, ਸਾਰਾ ਰੁੱਖ ਹੀ ਸੜ ਗਿਆ ਵਾ। ਅਤੇ ਮੇਰੀ ਬੇਨਤੀ ਆ ਵੀ ਆਪਣੇ ਪੈਰੀ ਨੂੰ ਜੇ ਅੱਗ ਲਾਉਂਦੇ ਹੀ ਜੇ, ਤਾਂ ਘੱਟੋ ਘੱਟ ਉਹਨਾਂ ਥਾਂ ਕੋਈ 15-15 ਫੁੱਟ ਜਾਂ 10-10 ਫੁੱਟ ਥਾਂ ਵਾਧਿਆ ਕਰੋ, ਤਾਂ ਕਿ ਜਿਹੜੀ ਅੱਗ ਹੈ ਰੁੱਖਾਂ ਵੱਲ ਨਾ ਆਵੇ, ਅਤੇ ਆਪਣੀ ਪੈਲੀ ਨੂੰ ਤੁਸੀਂ ਆਪਣੇ ਤਰੀਕੇ ਨਾਲ ਅੱਗ ਲਾ ਸਕਦੇ ਜਿਹਦੇ। ਪਰ ਜਿਹੜੀ ਆ ਜਿਹੜੀ ਰੁੱਖ ਆ ਪੈਲੀਆਂ ਦੇ ਕੰਢੇ ਰੁੱਖ ਆ, ਉਹ ਪੈਲੀ ਵਾਲਿਆ ਕਰੋ, ਉੱਨੀ ਉੱਨੀ 10-10 ਫੁੱਟ ਪੈਲੀ ਵਾਲੋ, ਅਤੇ ਜਿਹੜੀ ਅੱਗ ਹੈ ਰੁੱਖਾਂ ਵੱਲ ਨਹੀਂ ਆਏਗੀ, ਅਤੇ ਰੁੱਖ ਜਿਹੜੇ ਆ ਬਚ ਜਾਣਗੇ। ਹੁਣ ਵੇਖੋ ਆਹ ਸਾਰਾ ਤੁਸੀਂ ਸੀਨ ਵੇਖਣ ਜੇ, ਇਹ ਆਪਣੀ ਅਸੀਂ ਆਪਣੀ ਤਬਾਹੀ ਆਪ ਹੀ ਕਰਨੀ ਹੈ ਜੀ। ਹੁਣ ਆਹ ਵੇਖੋ, ਆਹ ਰੁੱਖ ਵੇਖੋ, ਆਹ ਵਿਚਾਰੇ ਆਹ ਉਹ ਪੱਤੇ ਆ ਜਿਹਨਾਂ ਨੂੰ ਸੇਕਾ ਥੋੜ੍ਹਾ ਜਿਹਾ ਘੱਟ ਲੱਗਾ ਵਾ, ਕਮਲਾ ਗਏ ਆ, ਅਤੇ ਆਹ ਪੱਤੇ ਉਹ ਵਾ ਜਿਹੜੇ ਮੁੱਕ ਗਏ ਆ, ਇੰਨੀ ਅੱਗ ਨੇ ਤਬਾਹੀ ਪਾਈ ਆ ਅਤੇ ਮੁੱਕ ਹੀ ਗਏ ਆ। ਹੁਣ ਆਹ ਵੇਖੋ, ਆਹ ਵੇਖੋ ਅੱਗ ਦੇ ਸੇਕ ਨਾਲ ਪ੍ਰਭਾਵਿਤ ਪੱਤੇ, ਆਹ ਜਿਹੜੇ ਜਿਹਨਾਂ ਨੂੰ ਘੱਟ ਸੇਕ ਲੱਗਾ, ਜੜ੍ਹ ਸੇਕੀ ਗਈ ਆ, ਪਰ ਉੱਤੋਂ ਵਿਚਾਰੇ ਬਚ ਗਏ ਆ, ਪਤਾ ਨਹੀਂ ਹੁਣ ਉੱਗਦੇ ਆ ਕਿ ਸੁੱਕਦੇ ਆ, ਕੀ ਹੁੰਦਾ ਵਾ। ਅਤੇ ਸੋ ਸਾਨੂੰ ਚਾਹੀਦਾ ਵਾ ਜਿਹੜੀ ਸਾਡੇ ਕੁਦਰਤੀ ਸਿਲੰਡਰ ਆ ਆਕਸੀਜਨ ਦੇ, ਇਹਨਾਂ ਨੂੰ ਤਾਂ ਬਚਾਈਏ, ਮੁੱਲ ਕਿੱਥੋਂ ਲੈਣੀ ਆ, ਮੁੱਲ ਵੀ ਨਹੀਂ ਮਿਲਦੀ, ਲੋਕ ਤਾਂ ਮਰਨ ਡੇ ਸਾਰੇ ਦਿੱਲੀ ਵਾਲੇ, ਉਹ ਕੀ ਬਣ ਰਿਹਾ ਵਾ। ਚਲੋ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਸ਼ੇਅਰ ਕਰਿਓ ਜ਼ਰੂਰ ਜੀ। ਵਿਖਾਉਣ ਲੱਗਾ ਮਿਰੇਕਲ, ਮਿਰੇਕਲ ਕੀ ਆ, ਹੁਣ ਧਿਆਨ ਨਾਲ ਵੇਖਿਓ ਵੀ ਕੀ ਹੋ ਰਿਹਾ ਇੱਥੇ।
ਸਮਝੇ ਕੁਝ ਕਿ ਨਹੀਂ ਸਮਝੇ। ਚਲੋ ਮੈਂ ਦੱਸਣਾ, ਇਹ ਹੈਗਾ ਵਾ ਸਾਡੇ ਕੋਲ ਸਫੇਦਾ ਅਤੇ ਇਹਦੇ ਵਿੱਚ ਉੱਗਿਆ ਵਾ ਪਿੱਪਲ। ਦੇਖੋ ਆਹ ਜੜ੍ਹਾਂ ਪਿੱਪਲ ਦੀਆਂ ਵਾ, ਫਾਇਦੇ ਦੇ ਨਾਲ ਨਾਲ ਰੈਪ ਹੋਈਆਂ ਵਾ। ਅਤੇ ਆਹ ਵੇਖੋ ਆਹ ਸਟੈਮ ਪਿੱਪਲ ਦਾ ਸ਼ੁਰੂ ਹੋ ਗਿਆ, ਆਹ ਸਫੇਦਾ ਵਾ। ਦੇਖੋ ਧਿਆਨ, ਰੁੱਖ ਹੱਸਦੇ ਸੋਹਣੇ ਲੱਗਦੇ ਨੇ, ਰੁੱਖ ਜੱਚਦੇ ਸੋਹਣੇ ਲੱਗਦੇ ਨੇ, ਗੱਲਾਂ ਬੁਰੀਆਂ ਜਗ ਤੋਂ ਉੱਜੜ ਜਾਣ, ਰੁੱਖ ਵੱਸਦੇ ਸੋਹਣੇ ਲੱਗਦੇ ਨੇ, ਰੁੱਖ ਵੱਸਦੇ ਸੋਹਣੇ ਲੱਗਦੇ ਨੇ। ਚੰਗਾ ਦੋਸਤੋ, ਇਹ ਸੀ ਛੋਟੀ ਜਿਹੀ ਵੀਡੀਓ। ਜੇ ਵੀਡੀਓ ਚੰਗੀ ਲੱਗੇ ਚੈਨਲ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ।